ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਯੂਟਿਊਬ ਚੈਨਲ ਕਿਸਾਨ ਪਸ਼ੂ ਪਾਲਕ ਅਤੇ ਮੈਂ ਤੁਹਾਡਾ ਆਪਣਾ ਗੁਰੂ ਯੁਗਰਾ ਹਾਂ। ਦੋਸਤੋ ਅੱਜ ਆਪਾਂ ਪਹੁੰਚੇ ਹੋਏ ਧਨੌਲਾ ਮੰਡੀ 11 ਤਰੀਕ ਨੂੰ, ਜਿਹੜੀ ਕਿ ਮਹੀਨੇ 'ਚ ਦੋ ਵਾਰ 11 ਅਤੇ 27 ਨੂੰ ਲੱਗਦੀ ਹੈ। ਅੱਜ ਦਾ ਭਾਗ ਆਪਾਂ ਇੱਥੇ ਇਸੇ ਮੱਝ ਤੋਂ ਕਰਦੇ ਹਾਂ ਸ਼ੁਰੂ, ਥਣ ਹਵਾਨਾ ਦਿਖਾਉਂਦੇ ਹਾਂ ਅਤੇ ਅਗਲੀ ਗੱਲਬਾਤ ਕਰਾ ਦਾਂਗੇ ਬਾਈ ਨਾਲ ਮੱਝ ਦੀ। ਇੱਕ ਵਾਰੀ ਥਣ ਹਵਾਨਾ ਦੇਖ ਲਓ ਨੇੜੇ ਤੋਂ। ਆ ਜਾਓ ਦੋਸਤੋ ਅੱਗੇ ਲੈ ਕੇ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਵਧੀਆ ਟੌਪ ਟੌਪ ਦੀਆਂ ਝੋਟੀਆਂ ਧਨੌਲਾ ਮੰਡੀ 'ਤੇ। ਆਹ ਸਾਹਮਣੇ ਝੋਟੀ ਦੇਖ ਸਕਦੇ ਹੋ ਦੋਸਤੋ, ਬਹੁਤ ਚੰਗੀ ਝੋਟੀ ਆ, ਬਾਈ ਤੋਰੂਗਾ ਜਦੋਂ ਥਣ ਹਵਾਨਾ ਦੇਖ ਲਓ ਝੋਟੀ ਦਾ। ਅਗਲੀ ਗੱਲਬਾਤ ਦੋਸਤੋ ਬਾਈ ਨਾਲ ਕਰਵਾ ਦਾਂਗੇ, ਤੁਹਾਡੀ ਕੀ ਡਿਟੇਲ ਆ ਝੋਟੀ ਦੀ ਪੁੱਛ ਦਾਂਗੇ ਬਾਈ ਨੂੰ ਸਾਰੀ। ਇੱਧਰ ਤੋਂ ਹਵਾਨਾ ਦੇਖ ਲਓ, ਨੇੜੇ ਤੋਂ ਥਣ ਦੇਖ ਸਕਦੇ ਹੋ, ਝੋਟੀ ਦੇ ਪੂਰੇ ਗੈਪ 'ਤੇ ਲੱਗੇ ਨੇ, ਵਾਹ ਕਮਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ ਨਾਮ ਦੱਸੋ ਜੀ। ਵਪਾਰ ਦਾ ਹੀ ਕੰਮ ਆ ਜੀ? ਹਾਂਜੀ ਹਾਂਜੀ। ਕਿੰਨਵੇਂ ਸੂਏ ਸੂਏ ਝੁੱਟੀ ਇਹ? ਤੇ ਦੂਜੇ ਸੂਏ ਜੀ। ਦੂਜੇ ਸੂਏ ਕਿੰਨੇ ਕਿ ਦਿਨ ਹੋ ਗਏ ਬਾਈ? ਇਹਨੂੰ 5-6 ਦਿਨ ਹੋ ਗਏ। ਗੋਲਾ ਕਿੰਨਾ ਕੁ ਤਿਆਰ ਹੋ ਇਸ ਟਾਈਮ? 17 ਕਿਲੋ। 13 ਕਿਲੋ ਤੋਂ ਤਿਆਰ ਹੋ ਗਏ। ਰੇਟ ਕੀ ਕਰਦੇ ਬਾਈ? ਮੁੱਲ ਇੱਕ ਕਰਦੇ 30। ਕਿੰਨੇ ਦੀ ਛੱਡ ਦੋਗੇ ਬਾਈ ਲਾਸਟ? 1-10 ਦੀ ਛੱਡ ਦੋਗੇ। ਨੰਬਰ ਬੋਲ ਦਿਓ ਜੀ। 98-557-83। ਹਾਂਜੀ। 94-57-55। ਇੱਕ ਵਾਰੀ ਫਿਰ ਬੋਲ ਦਿਓ। 98-557-55। ਹਾਂਜੀ। 94-55। ਠੀਕ ਹੈ ਜੀ। ਦੋਸਤੋ ਜਿਹਨੂੰ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ। ਦੂਜੇ ਸੂਏ ਝੋਟੀ ਆ, ਇੱਕ ਆਹ ਝੋਟੀ ਦਿਖਾਉਂਦੇ ਹਾਂ ਦੋਸਤੋ, ਇਹਦਾ ਵੀ ਥਣ ਹਵਾਨਾ ਦੇਖ ਸਕਦੇ ਹੋ ਪੂਰਾ ਟੌਪ ਦਾ, ਅਤੇ ਚਾਰੋ ਥਣ ਨਿਖੜਵੇਂ ਲੱਗੇ ਨੇ ਚੰਗੇ ਗੱਭਣਾ। ਝੋਟੀ ਦੋਸਤੋ ਖੋਲ੍ਹ ਕੇ ਤੋਰ ਕੇ ਦਿਖਾਵਾਂਗੇ ਇਹਨੂੰ ਵੀ। ਖੋਲ੍ਹੀ ਬਾਈ, ਦੋਸਤੋ ਪੂਰੀ ਸ਼ਕੀਨ ਆ ਝੋਟੀ ਸਿੰਘਾਂ ਸੁੰਘਾਂ ਦੀ, ਬਿਲਕੁਲ ਕੱਦ ਵੱਢਦੀ ਦੇਖ ਸਕਦੇ ਹੋ, ਅਤੇ ਢਾਂਚਾ ਬਹੁਤ ਚੌੜਾ ਦੋਸਤੋ, ਝੋਟੀ ਦਾ ਜਾਣ ਵਾਲੀ ਝੋਟੀ ਆ ਪੂਰੀ, ਅਤੇ ਥਣ ਹਵਾਨਾ ਦੇਖ ਸਕਦੇ ਹੋ ਨੇੜ ਤੋਂ। ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ, ਵਾਹ ਕਮਾਲ ਜੀ। ਅਗਲੀ ਡਿਟੇਲ ਦੋਸਤੋ ਬਾਈ ਨੂੰ ਪੁੱਛਦੇ ਹਾਂ ਚੱਲ ਕੇ ਨੇੜੇ, ਝੋਟੀ ਦੀ ਕੀ ਕੀ ਡਿਟੇਲ ਆ, ਕੀ ਗੱਲਬਾਤ ਆ, ਕਿਹੜੇ ਸੂਏ ਸੁਣਦੀ ਆ? ਹਾਂਜੀ ਬਾਈ ਜੀ ਨਾਮ ਦੱਸੋ ਜੀ। ਚਰਨਜੀਤ ਸਿੰਘ। ਚਰਨਜੀਤ ਸਿੰਘ, ਹਾਂਜੀ ਹਾਂਜੀ। ਕਿੰਨਵੇਂ ਸੂਏ ਸੁਣਦੀ ਆ ਝੋਟੀ? ਇਹ ਪਹਿਲੇ ਸੂਏ ਸੁਣਦੀ। ਕਿੰਨੇ ਕੁ ਦਿਨ ਕੱਢਦੀ ਆ? ਇਹ ਹਫ਼ਤਾ ਰਹਿੰਦਾ ਜੀ ਇਹਦਾ। ਦੰਦਾਂ 'ਚ ਕਿਵੇਂ ਆ ਬਾਈ? ਇਹ ਚੋਗੀ ਹੈ। 4 ਦੰਦ। ਹਾਂਜੀ। ਰੇਟ ਕਿੰਨਾ ਕਰਦੇ? ਇਹਦਾ 1.5 ਲੱਖ ਰੁਪਈਆ। ਕਿੰਨੇ ਦੀ ਛੱਡ ਦੋਗੇ ਲਾਸਟ? ਫਿਕਸ ਰੇਟ ਹੈ? 1.35। ਸਵਾ ਦੇਣੀ ਹੁੰਦੀ? ਨਹੀਂ। ਹੈਂ? ਹੋ ਜੂ। ਨੰਬਰ ਬੋਲ ਦਿਓ ਜੀ। 7978-37-72। ਇੱਕ ਵਾਰੀ ਫਿਰ ਬੋਲ ਦਿਓ। 7978-37-72। ਦੋਸਤੋ ਆਹ ਝੋਟੀ ਆ, ਪਹਿਲੇ ਸੂਏ ਕਹਿੰਦਾ ਬਾਈ ਸੂਣ ਵਾਲੀ ਆ, ਬਾਕੀ ਗੈਸ ਕਰ ਲਿਓ ਤੁਸੀਂ, ਬਾਕੀ ਕਰਦੇ ਬੇਟੇ ਵੇਲ ਵੂਲ ਬਹੁਤ ਆ ਝੋਟੀ ਦੇ ਅੱਗੇ ਤੋਂ, ਮੂੰਹ ਮੱਥਾ ਦਿਖਾ ਦੇਣਾ ਦੋਸਤੋ, ਬਿਲਕੁਲ ਕੁੰਡੇ ਸਿੰਘਾਂ 'ਚ ਆ, ਇੱਧਰ ਤੋਂ ਦੇਖ ਸਕਦੇ ਪੂਰੀ ਸਕੀਨ ਝੋਟੀ ਆ। ਬਾਕੀ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਵਿੱਚ ਹੀ ਬੋਲਿਆ, ਬਾਈ ਨਾਲ ਗੱਲਬਾਤ ਕਰਕੇ ਤੁਸੀਂ ਝੋਟੀ ਪਸੰਦ ਆਊਗੀ ਦੋਸਤੋ, ਤਸੱਲੀ ਕਰਕੇ ਲੈ ਸਕਦੇ। ਆਇਓ ਬਾਕੀ ਅੱਗੇ ਲੈ ਕੇ ਚੱਲਦੇ ਹਾਂ, ਤੁਹਾਨੂੰ ਹੋਰ ਝੋਟੀਆਂ ਦਿਖਾਉਂਦੇ ਹਾਂ। ਧਨੌਲਾ ਮੰਡੀ 'ਤੇ ਪਹੁੰਚਿਆ ਹੋਇਆ ਮਾਲ ਅੱਜ ਪੂਰਾ ਸਰੇ ਦਾ। ਕਿਸਾਨ ਪਸ਼ੂ ਪਾਲ ਕਰ ਆਹ ਝੋਟੀ ਦਿਖਾਉਣਾ ਦੋਸਤੋ ਤੁਹਾਨੂੰ, ਪੂਰੇ ਖੁੱਲ੍ਹੇ ਕੱਦ ਕਾਠ ਦੀ ਆ, ਲੰਬਾਈ ਲੰਬੂਈ ਬਹੁਤ ਆ ਝੋਟੀ ਦੀ, ਵੇਲ ਬਹੁਤ ਆ ਦੋਸਤੋ, ਜਦੋਂ ਬਾਕੀ ਤੁਰੂਗੀ ਉਦੋਂ ਜੱਜਮੈਂਟ ਕਰ ਲਿਓ ਹਵਾਨੇ ਦੀ। ਐਂ ਨਹੀਂ ਤੁਰੀ
ਵਾਨਾ ਵੂਨਾ ਦੇਖ ਸਕਦੇ ਹੋ ਦੋਸਤੋ, ਪੂਰਾ ਡਾਬਲਾ ਝੋਟੀ ਦਾ ਖਾਣ ਖਾਣ ਦੇਖ ਸਕਦੇ ਹੋ। ਬਾਕੀ ਕੱਦ ਬੇਡਾ ਦੀ ਤਾਂ ਕਮਾਲ ਹੀ ਕਰੀ ਪਈ ਹੈ, ਬਹੁਤ ਉੱਚੇ ਕੱਦ ਕਾਟਦੀ ਆ ਦੋਸਤੋ, ਲੰਬੀ ਲੰਬੀ ਦੇਖ ਸਕਦੇ ਹੋ, ਝੋਟੀ ਬਹੁਤ ਜ਼ਿਆਦਾ ਹੈ। ਬਾਕੀ ਡਿਟੇਲ ਅਗਲੀ ਚੱਲ ਕੇ ਬਾਈ ਨੂੰ ਪੁੱਛਦੇ ਹਾਂ ਆਪਾਂ, ਇੱਕ ਵਾਰੀ ਹਵਾਨਾ ਦਿਖਾ ਦੇਣਾ ਨੇੜੇ ਤੋਂ। ਹਾਂ ਬਾਈ, ਇਹ ਸੂਈ ਹੋਈ ਆ ਝੋਟੀ ਆ ਸੂਣ ਵਾਲੀ ਆ? ਸੂਈ ਕਿੰਨੇ ਕੁ ਦਿਨ ਹੋ ਗਏ? ਸੂਈ ਨੇ ਚੌਥਾ ਪੰਜ ਦਿਨ। ਕਿੰਨਵੇਂ ਸੂਏ ਸੂਈ ਆ ਜੀ? ਤੀਜੇ ਸੂਈ। ਬੋਲਾ ਕਿੰਨਾ ਕੁ ਤਿਆਰ ਹੈ ਜੀ ਹੁਣ? ਬੋਲਾ ਹੈ 14-15 ਕਿਲੋ। ਰੇਟ ਬਾਈ ਕੀ ਕਰ ਦਿੰਦਾ? ਰੇਟ 125। ਕਿੰਨੇ ਦੀ ਛੱਡ ਦੂੰਗੇ? ਫਿਕਸ ਰੇਟ 185 ਛੱਡੇ। 170-170 ਛੱਡ ਦੂੰਗੇ? ਨਹੀਂ ਵੀਰ, 185 ਹੈ। ਮਹਿੰਗੀ ਚੱਕ ਰੱਖੀ ਹੈ। ਹਾਂਜੀ, ਨੰਬਰ ਬੋਲ ਦਿਓ ਜੀ। 6834-2395। ਇੱਕ ਵਾਰੀ ਫਿਰ ਬੋਲ, 6834-2395। ਠੀਕ ਹੈ ਜੀ ਦੋਸਤੋ, ਜਿਹਨੂੰ ਪਸੰਦ ਆਊਗੀ ਝੋਟੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ। ਬਾਕੀ ਆ ਜੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ, ਭਰੌਲਾ ਮੰਡੀ 'ਚ ਅੱਗੇ ਦਿਖਾਉਣਾ ਝੋਟੀਆਂ ਪੂਰੀਆਂ ਜ਼ਬਰਦਸਤ। ਆ ਝੋਟੀ ਦਿਖਾਉਣੇ ਆ ਦੋਸਤੋ, ਬਾਕੀ ਪੁੱਛਾਂਗੇ ਬਾਈ ਨੂੰ ਕੀ ਗੱਲਬਾਤ ਹੈ ਇਹਦੀ। ਚੋਰੀ ਯਾਰ ਇੱਧਰ ਤੁਰੂ ਗਈ ਉਹ ਦੋਸਤੋ, ਕਰ ਲਿਓ ਜੱਜਮੈਂਟ ਹਵਾਨੇ ਦੀ ਝੋਟੀ ਦੇ। ਬਾਈ ਆਪਣੀ ਝੂਟੀ ਹੈ? ਹਾਂਜੀ ਹਾਂਜੀ। ਬਾਈ ਨਾਮ ਦੱਸੋ ਕੀ ਹੈ? ਨਾਮ ਕੁਲਵੀਰ ਹੈ। ਕਿੱਥੋਂ ਆ ਜੀ? ਅਬੂਬਸ਼ਰ ਹੋ ਜੀ। ਅੱਛਾ ਜੀ, ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੇ ਝੋਟੀ ਜੀ? 7ਵਾਂ ਦਿਨ ਹੈ ਜੀ। ਕਿੰਨਵੇਂ ਸੂਏ ਸੂਈ ਆ ਜੀ? ਦੂਜਾ ਸੂਆ। ਰੇਟ ਬਾਈ ਕੀ ਕਰਦੇ ਹੋ? ਰੇਟ 2.25 ਲੱਖ। ਕਿੰਨੇ ਦੀ ਛੱਡ ਦੋਗੇ ਫਿਕਸ ਰੇਟ 'ਚ? ਬਾਈ 2 ਲੱਖ ਦੇ। 2 ਲੱਖ ਰੁਪਏ ਜੀ। ਨੰਬਰ ਬੋਲ ਦਿਓ। 97-297-44-222। ਠੀਕ ਹੈ ਜੀ ਦੋਸਤੋ, ਆ ਝੋਟੀ ਜਿਹਨੂੰ ਪਸੰਦ ਆਊਗੀ ਨੰਬਰ ਬੋਲਤਾ ਬਾਬੂ ਜੀ ਨੇ, ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ। ਅੱਗੇ ਦਿਖਾਉਣਾ ਤੁਹਾਨੂੰ ਝੋਟੀ, ਕਾ ਬਾਈ ਲਈ ਫਿਰਦਾ ਨਗੀਨੀ ਲਈ ਫਿਰਦਾ, ਦੇਖਦੇ ਹਾਂ ਕੀ ਗੱਲਬਾਤ ਆ, ਪੁੱਛਦੇ ਹਾਂ ਬਾਈ ਨੂੰ ਚੱਲ ਕੇ। ਲਵੇ ਡਰਦੀ ਆ ਝੋਟੀ ਥੋੜ੍ਹਾ ਜਿਹਾ, ਕੱਦ ਕਾਟ ਬਹੁਤ ਜ਼ਿਆਦਾ ਆ ਦੋਸਤੋ, ਝੋਟੀ ਦਾ ਬੇਲ ਬੂਲ ਬਹੁਤ ਜ਼ਿਆਦਾ ਆ, ਹਵਾਨਾ ਦੇਖ ਸਕਦੇ ਹੋ ਪੂਰਾ ਕਮਾਲ ਦਾ ਥੱਲੇ ਤੋਂ ਮਰਜ਼ੀ ਪੈ ਜਾਓ ਲੱਖ। ਬਾਈ ਕਹਿੰਦਾ ਠੰਡੀ ਸੀਲ ਵੀ ਬਹੁਤ ਜ਼ਿਆਦਾ ਆ, ਬਾਹਲੀ ਜ਼ਿਆਦਾ ਠੰਡੀ ਆ। ਇਹ ਵੀ ਦੋਂਦੀ ਆ, ਇਹ ਪਰਸੋਂ ਦੀ ਸੂਈ ਆ ਬਾਪੂ, ਇਹਦੇ ਥੱਲੇ 9 ਕਿਲੋ ਗੋਲੀ ਹੋ ਗਈ। ਬਾਕੀ ਆਇਓ ਦੋਸਤੋ, ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਪੁੱਛਦੇ ਹਾਂ ਕੀ ਗੱਲਬਾਤ ਆ ਝੋਟੀ ਦੀ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ ਨਾਮ ਦੱਸੋ ਜੀ ਕੀ ਆ? ਜਗਦੇਵ ਸਿੰਘ ਜੀ। ਕਿੱਥੋਂ ਆਏ ਜੀ? ਇਹ ਵੀ ਦੁਖੀ ਆ ਬਾਈ, ਭਵਾਨੀਗੜ੍ਹ। ਵਪਾਰ ਦਾ ਹੀ ਕੰਮ ਆ ਬਾਈ? ਹਾਂਜੀ ਹਾਂ। ਕੀ ਡਿਟੇਲ ਆ ਝੋਟੀ ਦੀ ਬਾਈ? ਸੂਈ ਹੋਈ ਆ? ਸੂਈ ਵੀ ਆਈ, ਪਹਿਲੇ ਸੂਏ। ਪਹਿਲੇ ਸੂਏ? ਦੰਦਾਂ 'ਚ ਕਿਵੇਂ ਆ ਬਾਈ? ਦੋ ਦੰਦ ਆ ਜੀ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੂਈ ਨੂੰ 7 ਮਹੀਨੇ ਆਈ ਅੱਜ। ਕਿੰਨਾ ਕੁ ਬੋਲੀ ਤਿਆਰ ਆ? ਬੋਲੀ 12 ਕਿਲੋ। ਕਿੰਨਾ ਕੁ ਦੁੱਧ ਦੀ ਉਮੀਦ ਆ ਬਾਈ? ਦੁੱਧ ਰੂ ਵੀ 14 ਕਿਲੋ। ਰੇਟ ਕਿੰਨਾ ਕਰਦੇ ਬਾਈ? ਰੇਟ ਦਾ 41। ਅਸੀਂ ਤਾਂ ਮੰਗੇ ਫਿਕਸ ਰੇਟ ਕਿੰਨੇ ਦੀ ਛੱਡ ਦੋਗੇ? 120 ਦੀ ਦੇ ਦਾਂਗੇ। 120 ਦੀ? ਬਾਈ ਨੰਬਰ ਬੋਲ ਦਿਓ। 88-770। ਹਾਂਜੀ, 37-917। ਇੱਕ ਵਾਰੀ ਦਿਖਾ ਦੋਗੇ ਖੋਲ ਕੇ? ਦੋਸਤੋ ਦੋ ਦੰਦ ਝੋਟੀ ਆ, ਬਾਈ ਕਹਿੰਦਾ ਪੂਰੀ ਸ਼ਕੀਨ ਆ ਝੋਟੀ, ਕੱਦ ਕਾਠ ਬਹੁਤ ਜ਼ਿਆਦਾ, ਅਤੇ ਬਾਈ ਨੇ ਰੇਟ ਵੀ ਦੋਸਤੋ ਜੈਨੂਅਨ ਹੀ ਕਰਿਆ, ਕਹਿੰਦਾ 120 ਦੀ ਝੋਟੀ ਛੱਡ ਦਾਂਗੇ ਆਪਾਂ। ਸਿੰਘ ਸੁੰਘ ਦੇਖ ਸਕਦੇ ਹਾਂ ਬਿਲਕੁਲ ਪੁੰਡਾ, ਬਾਕੀ ਥਾਣ ਹਵਾਨਾ ਦਿਖਾ ਦੇਣਾ ਝੋਟੀ ਦੇ ਨੇੜ ਤੋਂ ਦੋਸਤੋ, ਪੂਰੇ ਗੈਪ 'ਤੇ ਲੱਗੇ ਦੋਸਤੋ, ਦੋ ਦੰਦ ਕੱਟੀ ਆ ਬਾਈ ਕਹਿੰਦਾ ਹਜੇ।
ਸੂਈ ਸਵਾਈ ਕੱਟੀ ਹੈ ਬਾ ਮੋੜ ਲਾ ਬਾਈ ਆ ਜਾਓ ਦੋਸਤੋ ਇੱਕ ਝੋਟੀ ਬਾਈ ਹੋਰਾਂ ਕੋਲੇ ਹੋਰ ਹੈ ਪੂਰੀ ਸ਼ਕੀਨ ਉਹ ਵੀ ਦਿਖਾਉਂਦੇ ਆ ਤੋਰੀ ਬਾਈ ਇਹਨੂੰ ਵੀ ਆ ਜਾਓ ਦੋਸਤੋ ਇਹਦੀ ਵੀ ਡਿਟੇਲ ਪੁੱਛਦੇ ਹਾਂ ਬਾਈ ਨੂੰ ਕੀ ਗੱਲਬਾਤ ਆ ਝੋਟੀ ਦੀ ਖਾਣ ਸਨੋਟ ਦੇਖ ਲਓ ਦੋਸਤੋ ਬਹੁਤ ਚੰਗਾ ਲੱਗਿਆ ਪੂਰੇ ਮੋਟੇ ਥਾਂ ਲੱਗੇ ਨੇ ਅਤੇ ਆਪਸ 'ਚ ਦੂਰੀ 'ਤੇ ਲੱਗੇ ਨੇ ਪੂਰੇ ਇੱਧਰ ਤੋਂ ਦਿਖਾ ਦੇਣਾ ਹਵਾਨਾ ਮੈਂ ਭਲਾ ਜਿਹਾ ਕਰੀ ਖੜੀ ਆ ਦੋਸਤੋ ਥੋੜ੍ਹੀਆਂ ਜਿਹੀਆਂ ਜੇ ਅਤੇ ਮੂੰਹ ਮੱਥਾ ਦੇਖ ਲਓ ਬਾਈ ਜੀ ਨਾਮ ਕੀ ਹੈ ਬਰਿਆਮ ਸਿੰਘ ਇਹ ਕਿੰਨਵੇਂ ਦੂਏ ਝੋਟੀ ਆ ਬਾਈ ਬਲੂਨ ਦੰਦਾਂ 'ਚ ਕਿਵੇਂ ਆ ਇਹ ਦੁੱਗੀ ਇਹ ਵੀ ਦੋ ਦੰਦ ਆ ਬਾਈ ਹਾਂਜੀ ਇਹਨੂੰ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਤੀਜਾ ਦਿਨ ਕਿੰਨੀ ਕੁ ਬੋਲੀ ਹੋਊਗੀ ਬਾਈ ਇਸ ਟਾਈਮ 10 ਕਿਲੋ ਤਿਆਰ ਆ ਰੇਟ ਬਾਈ 1.25 ਲੱਖ ਕਿੰਨੇ ਦੀ ਛੱਡ ਦੋ ਦੋਸਤੋ ਇੱਕ ਝੋਟੀ ਹੋਰ ਆ ਬਾਈ ਕੋਲੇ ਇੱਧਰ ਤੋਂ ਮੂੰਹ ਮੱਥਾ ਦੇਖ ਲਓ ਬਿਲਕੁਲ ਕੁੰਡੇ ਸਿੰਘਾਂ 'ਚ ਬਿਲਕੁਲ ਰਿੰਗ ਸਿੰਘ ਆ ਦੋਸਤੋ ਛੋਟਾ ਸਿੰਘ ਹੈ ਅਤੇ ਬਾਕੀ ਜਦੋਂ ਬਾਈ ਤੋਰ ਕੇ ਦਿਖਾਊਗਾ ਝੋਟੀ ਦਾ ਥਾਣਾ ਹਵਾਨਾ ਦੋਸਤੋ ਜੱਜਮੈਂਟ ਕਰ ਲਿਓ ਅਤੇ ਡਿਟੇਲ ਆਪਾਂ ਬਾਈ ਨੂੰ ਆ ਕੇ ਪੁੱਛ ਲਾਂਗੇ ਇੱਥੇ ਹੀ ਅਤੇ ਨੰਬਰ ਲਗਾਤਾਰ ਬਾਈ ਦਾ ਸਕਰੀਨ 'ਤੇ ਚੱਲੂਗਾ ਦੋਸਤੋ ਜਿਹਨੂੰ ਪਸੰਦ ਆਊ ਇਹਨਾਂ 'ਚੋਂ ਕੋਈ ਵੀ ਝੋਟੀ ਲੇਟ ਆ ਕੇ ਤਸੱਲੀ ਕਰਕੇ ਲੈ ਸਕਦੇ ਹੋ ਬਾਕੀ ਇਹਦਾ ਵੀ ਦੇਖ ਲਓ ਦੋਸਤੋ ਥਾਣਾ ਵਾਨਾ ਬਾ ਕਮਾਲ ਆ ਬਾਈ ਪੂਰੀ ਸ਼ਕੀਨ ਝੋਟੀ ਆ ਦੋਸਤੋ ਇੱਧਰ ਤੋਂ ਸਿੰਘ ਸੁੰਘ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘ ਨੇ ਅਤੇ ਥਾਣਾ ਵਾਨਾ ਵੀ ਦੋਸਤੋ ਸੋਹਣਾ ਲੱਗਿਆ ਝੋਟੀ ਦੇ ਦਿਖਾ ਦਿੰਦੇ ਅਤੇ ਬਾਕੀ ਦੋਸਤੋ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲੈਂਦੇ ਹਾਂ ਬਾਈ ਇਹ ਕਿੰਨੇ ਸੂਏ ਝੁੱਟੀਆਂ ਇਹ ਵੀ ਬਲੂਨ ਆ ਜੀ ਇਹ ਵੀ ਬਲੂਨ ਆ ਜੀ ਦੰਦਾਂ 'ਚ ਕਿਵੇਂ ਆ ਬਾਈ ਇਹ ਵੀ ਦੁੱਗੀ ਆ ਜੀ ਇਹ ਵੀ ਦੁੱਗੀ ਆ ਕਿੰਨੇ ਕੁ ਦਿਨ ਹੋ ਗਏ ਬਾਈ ਸੂਈ ਨੂੰ ਹੋ ਗਏ 7-8 ਮਹੀਨੇ ਦਿਨ ਇਹ ਥੱਲੇ ਕਿੰਨੀ ਕੁ ਬੋਲੀ ਹੋਊ ਜੀ 12 ਕਿਲੋ ਜੀ ਇਹਦਾ ਰੇਟ ਬਾਈ ਰੇਟ 1.5 ਲੱਖ ਰੁਪਈਆ ਕਿੰਨੇ ਦੀ ਛੱਡ ਦੋਗੇ ਬਾਈ ਲਾਸਟ ਫਿਕਸ ਰੇਟ 1.30 ਦੀ ਛੱਡਾਂਗੇ 1,30,000 ਦੀ ਦੋਸਤੋ ਆਹ 3 ਝੋਟੀਆਂ ਨੇ ਬਾਈ ਕੋਲੇ ਆਹ ਝੋਟੀ ਦੇਖ ਸਕਦੇ ਹੋ 3 ਨੰਬਰ ਵਾਲੀ ਇਹ ਵੀ ਪੂਰੀ ਸ਼ਕੀਨ ਹੈ ਦੋਸਤੋ ਕੁੰਡੇ ਸਿੰਘਾਂ ਜਾਂ ਤਾਂ ਆਹ ਝੋਟੀ ਦੇਖ ਸਕਦੇ ਹੋ ਇੱਧਰੋਂ ਆਹ ਝੋਟੀ ਦੇਖ ਸਕਦੇ ਹੋ ਦੋਸਤੋ 3 ਮੂੰਹੋਂ 2 ਦੰਦ ਨੇ ਇਹਨਾਂ ਤੋਂ ਜਿਹੜੀ ਝੋਟੀ ਕਿਸੇ ਵੀ ਵੀਰ ਨੂੰ ਪਸੰਦ ਆਊਗੀ ਬਾਈ ਦਾ ਨੰਬਰ ਸਕਰੀਨ 'ਤੇ ਚੱਲਦਾ ਰਹੂਗਾ ਵੀਡੀਓ 'ਚ ਦੋਸਤੋ ਬਾਈ ਦੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਥਾਣਾ ਹਵਾਨਾ ਦਿਖਾ ਦੇਣਾ ਇੱਕ ਵਾਰੀ ਇੱਧਰੋਂ ਮੈਂ ਅਤੇ ਆ ਜਾਓ ਦੋਸਤੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਝੋਟੀਆਂ ਦੇ ਕਰਾਉਣੇ ਦਰਸ਼ਨ ਅੱਗੇ ਤੁਹਾਨੂੰ ਢੋਲਾ ਮੰਡੀ ਦੇ ਆਹ ਝੋਟੀ ਦੇਖੋ ਦੋਸਤੋ ਕਿਹੜਾ ਵੀ ਹਵਾਨਾ ਹਵੂਨਾ ਦੇਖੋ ਐਮ ਪੂਰਾ ਕਾਇਮ ਆ ਇਹਦੇ ਬਾਰੇ ਵੀ ਆਪਾਂ ਪੁੱਛਾਂਗੇ ਬਾਈ ਨੂੰ ਜਾ ਕੇ ਅੱਗੇ ਲੈ ਕੇ ਚੱਲਦੇ ਹਾਂ ਹੋਰ ਦਿਖਾਉਣੇ ਝੋਟੀਆਂ ਘੈਂਟ ਘੈਂਟ ਪੂਰੀਆਂ
ਆਹ ਮੱਝ ਦੇਖੋ ਦੋਸਤੋ, ਥਣ ਥਣ ਦੇਖੋ, ਅਤੇ ਇਹਦਾ ਹਵਾਨਾ ਹਵੂਨਾ ਦੇਖੋ, ਐਂ ਨਾ ਘੈਂਟ ਪੂਰਾ। ਅਤੇ ਬਾਈ ਨੂੰ ਪੁੱਛਾਂਗੇ ਕੀ ਗੱਲਬਾਤ ਆ, ਇਹਦਾ ਰੇਟ ਰੂਟ ਕਿੰਨੇ ਕੁ ਰੁਪਈਏ ਮੰਗਦਾ, ਕਿੰਨੇ ਕੁ ਦੀ ਦੇਊਗਾ ਲਾਸਟ। ਮੂੰਹ ਮੱਥਾ ਦੇਖ ਲਓ ਦੋਸਤੋ, ਬਿਲਕੁਲ ਪਤਲੇ ਨੇ ਸਿੰਘ, ਅਤੇ ਬਰੀਕੀਆਂ ਬਹੁਤ ਨੇ, ਝੋਟੀ 'ਚ ਤਾਜ਼ੀ ਸੂਈ ਹੋਈ ਆ। ਬਾਈ ਤੋਰੇਗਾ ਖੋਲ੍ਹ ਕੇ ਮਾੜੀ ਜੀ, ਖੋਲ੍ਹੋ ਜੀ। ਐਨੂੰ ਤੋੜ ਦਿਓ ਜੀ, ਤੁਰੂ ਵੀ ਆ ਦੋਸਤੋ, ਹਵਾਨੇ ਦੀ ਕਰ ਲਿਓ ਜੱਜਮੈਂਟ। ਵਾਹ ਬੰਨ ਲਾ ਬਾਈ, ਕਿੱਦਾਂ ਜੀ, ਕੀ ਹਾਲ ਚਾਲ ਜੀ? ਅਤੇ ਆ ਜਾਓ ਦੋਸਤੋ, ਬਾਈ ਲਵੇ ਲੈ ਚੱਲਦੇ ਹਾਂ, ਪੁੱਛਦੇ ਹਾਂ ਕੀ ਗੱਲਬਾਤ ਆ। ਬਾਈ ਨਾਮ ਦੱਸੋ ਜੀ। ਨਾਮ ਸਹਿਜਾਦ। ਸਹਿਜਾਦ, ਹਾਂ ਜੀ। ਵਪਾਰ ਦਾ ਹੀ ਕੰਮ ਆ ਬਾਈ? ਹਾਂ ਜੀ, ਵਪਾਰ ਦਾ ਹੀ। ਕਿਹੜੀ ਜਗ੍ਹਾ ਤੋਂ ਆ ਬਾਈ? ਆਪਾਂ ਬਾਈ ਲਵਾਣਾ ਪਿੰਡਾਂ ਨਾਭੇ ਲਾ ਕੇ। ਲਵਾਣਾ, ਹਾਂ ਜੀ। ਬਾਈ ਕਿੰਨਵੇਂ ਸੂਆ ਝੋਟੀ ਇਹ? ਦੂਜਾ ਸੂਆ ਸੂਈ। ਕਿੰਨੇ ਕੁ ਦਿਨ ਹੋ ਗਏ? ਹਾਂ, ਚੌਥਾ ਦਿਨ ਆ ਜੀ। ਕਿੰਨਾ ਕੁ ਬੋੜਾ ਤਿਆਰ ਆ ਬਾਈ? 13 ਕਿਲੋ ਜੀ। ਰੇਟ ਬਾਈ? 160 ਆ ਜੀ। ਕਿੰਨੇ ਦੀ ਛੱਡ ਦੋਗੇ ਲਾਸਟ? 30 ਦੀ ਦੇ ਦਾਂਗੇ। 20 ਬੂਦੀ ਹੋ ਜੂ? ਹੋ ਜੂ ਜੀ। ਨੰਬਰ ਬੋਲ। 97-18। ਹਾਂਜੀ। 80-26। ਆਹ ਰੋਟੀ ਵੀ ਆਪਣੀ? ਹਾਂ ਜੀ। ਦੋਸਤੋ ਆਹ ਝੋਟੀ ਦੇਖ ਸਕਦੇ ਹੋ, ਸਰਕਾਰੀ ਦੋ ਟਾਈਮ ਚਵਾਈ ਹੋ ਕੇ ਕੰਡੇ ਦੁੱਧ ਲੱਗਿਆ ਹੋਇਆ, ਚੌੜ ਨੀ ਕਰਾ 30 ਦਊਗੀ ਇਹ ਕਹਿਣ ਦਾ, ਕੱਢ ਟੋਕਨ ਸਾਰਾ ਕੁਛ ਮੈਂ ਜਿੰਨਾ 24 ਕਿਲੋ ਤੋਂ। ਦੋਸਤੋ ਆਹ ਟੋਕਨ ਨੰਬਰ ਹੈ, ਤੁਸੀਂ ਸਰਚ ਕਰ ਸਕਦੇ ਹੋ। ਬਾਈ ਕਹਿੰਦਾ 24 ਕਿਲੋ ਦੁੱਧ ਦਾ ਰਿਕਾਰਡ ਹੋਇਆ ਹੋਇਆ, ਆਹ ਟੋਕਨ ਨੰਬਰ ਮੈਂ ਦਿਖਾ ਦਾਂ ਨੇੜੇ ਤੋਂ। ਅਤੇ ਬਾਕੀ ਦੋਸਤੋ ਤੋਰ ਕੇ ਦਿਖਾਵਾਂਗੇ, ਬਾਈ ਕਹਿੰਦਾ ਸਪੈਸ਼ਲ ਆ ਝੂਠੀ 24 ਕਿਲੋ ਕੱਢਿਆ ਹੋਇਆ। ਬਾਕੀ ਉਹ ਤੁਰੂਗੀ ਦੋਸਤੋ, ਥਾਣਾ ਹਵਾਨੇ ਦੀ ਜੱਜਮੈਂਟ ਕਰ ਲਿਓ। ਅਤੇ ਬਾਕੀ ਜਿਹੜਾ ਟੋਕਨ ਅਤੇ ਨੰਬਰ ਆ ਉਹ ਮੈਂ ਵੀਡੀਓ ਦੇ ਵਿੱਚ ਨੇੜੇ ਕਰਕੇ ਦਿਖਾ ਤਾ ਦੋਸਤੋ, ਸਰਚ ਕਰ ਸਕਦੇ ਹੋ, ਗੂਗਲ 'ਚ ਸਰਚ ਹੋ ਜੂਗਾ ਉਹ। ਬਾਈ ਤੋਰੀ ਝੋਟੀ ਖੋਲ੍ਹੀ ਮਾੜੀ ਜੀ। ਦੋਸਤੋ ਬਾਈ ਕਹਿੰਦਾ ਝੋਟੀ ਦਾ 24 ਕਿਲੋ ਦੁੱਧ ਰਿਕਾਰਡ ਹੋਇਆ ਹੋਇਆ, ਬਾਕੀ ਦਾ ਟੋਕਨ ਨੰਬਰ ਆਪਾਂ ਬੋਲਾਂਗੇ ਵੀਡੀਓ ਦੇ ਵਿੱਚ ਹੀ, ਕਿਸੇ ਵੀਰ ਨੇ ਸਰਚ ਕਰਕੇ ਦੇਖਣਾ, ਸਰਚ ਕਰਕੇ ਦੇਖ ਸਕਦਾ। ਤੇ ਇਧਰੋਂ ਥਾਣਾ ਹਵਾਨਾ ਦਿਖਾ ਦੇਣਾ ਦੋਸਤੋ ਝੋਟੀ ਦਾ। ਤੇ ਆ ਜਾਓ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ। ਤੇ ਆ ਦੋਸਤੋ ਟੋਕਨ ਨੰਬਰ ਹੈ ਇਹਦਾ, ਪੂਰਾ 1312-27-39-32। ਬਾਈ ਕਿੰਨਵੇਂ ਸੂਏ ਸੂਏ ਝੋਟੀ ਹੈ? ਤੀਜਾ ਸੂਆ ਸੂਈ ਸੀ। ਦੂਜੇ ਸੂਏ ਦਾ ਕੀ ਰਿਕਾਰਡ ਦੱਸਿਆ? 24 ਲੀਟਰ ਦਾ ਰਿਕਾਰਡ ਹੈ ਜੀ। ਕਿਹੜੀ ਸੰਸਥਾ 'ਚ ਰਿਕਾਰਡ ਹੋਇਆ ਬਾਈ? ਜੀ ਨਾ ਪਟਿਆਲੇ ਤੋਂ ਜੀ, ਸਰਕਾਰੀ ਡਾਕਟਰ ਰੰਧਾਵਾ ਸੀ। ਸੰਸਥਾ 'ਚ ਕਿਹੜੀ 'ਚ ਹੋਇਆ ਬਾਈ? ਕਿਵੇਂ ਜੀ, ਆਪਣਾ ਸਰਕਾਰੀ ਹਸਪਤਾਲ? ਸਰਕਾਰੀ ਜੀ, ਸਰਕਾਰੀ। ਦੋ ਟਾਈਮ ਚਵਾਈ ਹੋਈ ਆ, ਕੰਡੇ ਲੱਗਿਆ ਜੀ 24 ਕਿਲੋ। ਠੀਕ ਹੈ ਜੀ, ਚੈੱਕ ਕਰ ਸਾਰਾ, ਜਿਹੜਾ ਮਰਜ਼ੀ ਟੋਕਨ ਨੰਬਰ ਲੱਗਿਆ ਹੋਇਆ। ਠੀਕ ਆ ਬਾਈ, ਟੋਕਨ ਨੰਬਰ ਮੈਂ ਵੀਡੀਓ 'ਚ ਬੋਲਤਾ, ਜਿਹੜੇ ਵੀਰ ਨੇ ਸਰਚ ਕਰਕੇ ਦੇਖਣਾ, ਸਰਚ ਕਰਕੇ ਚੈੱਕ ਵੀ ਕਰ ਲੂਗਾ। ਅਤੇ ਰੇਟ ਦੱਸੋ ਬਾਈ ਇਹਦਾ ਕਿੰਨਾ ਕਰ ਦਿਓ? 1.40 ਕਰ ਦਿਓ। ਕਿੰਨੇ ਦੀ ਛੱਡ ਦੋਗੇ ਲਾਸਟ? 1.25 ਲੱਖ ਹੀ ਦਾ। 1.15 ਦੀ ਹੋ ਜੂਗੀ? ਨਹੀਂ ਹੁੰਦੀ। ਕਿੰਨੇ ਦੀ ਹੋ ਜਾਣੀ ਆ ਲਾਸਟ? 1.25 ਲੱਖ ਦੀ। ਅੱਛਾ, ਨੰਬਰ ਬੋਲੋ ਬਾਈ। ਨੰਬਰ 97-18-80-26। ਇੱਕ ਵਾਰੀ ਫਿਰ ਬੋਲੋ, 97-18-80-26। 17 ਕਿਲੋ ਅੱਜ ਤਿਆਰ ਆ। ਕਿੰਨੇ ਦਿਨ ਹੋ ਗਏ ਸੂਈ ਨੂੰ? ਅੱਜ 7ਵਾਂ ਦਿਨ ਸੂਈ ਨੂੰ, ਮਗਰ ਕੱਟੀ ਆ। 17,000 ਸਾਈ ਦੇ ਜੋ, ਨਹੀਂ ਮੈਂ ਫ੍ਰੀ ਦਊਂਗਾ, ਨਹੀਂ ਮੇਰੀ ਮੈਂ 1.25 ਲੱਖ ਦੇ।
ਅੱਜ 17 17 ਦੀ ਅੱਜ ਆਪਣੀ ਗਰੰਟੀ ਆ ਕਿ ਘਰੇ ਆ ਕੇ ਕੋਈ 2 ਟਾਈਮ 4 ਟਾਈਮ ਚੈੱਕ ਕਰ ਚਾਹੇ 5 ਟਾਈਮ ਚੋਵੀ ਦਾ ਹੈ ਪਿੰਡ ਕਿਹੜਾ ਬਾਈ ਆਪਣਾ ਲਬਾਣਾ ਪਿੰਡ ਹੈ ਭਵਾਨੀਗੜ ਲਾਗੇ ਭਵਾਨੀਗੜ ਤੋਂ ਜਿਹੜਾ ਖੰਨੇ ਨੂੰ ਜਾਂਦਾ ਬਾਈ ਰੋੜਾ ਪਾਰਸੋਂ ਖੰਨੇ ਨੂੰ ਜਾਂਦਾ ਜੀ ਅੱਛਾ ਭਵਾਨੀਗੜ ਤੋਂ ਕਿੰਨੇ ਮੀਲ ਪੈ ਜਾਂਦਾ 17 ਕਿਲੋਮੀਟਰ ਹੈ ਤੇ ਆਪਣਾ ਨਾਭੇ ਤੋਂ ਬਾਈ ਨਾਭੇ ਤੋਂ 7 ਕਿਲੋਮੀਟਰ ਹੈ ਅੱਛਾ ਨਾਭੇ ਤੋਂ 7 ਕਿਲੋਮੀਟਰ ਪੈ ਜਾਂਦਾ ਉਸ ਤੋਂ ਭਵਾਨੀਗੜ ਤੋਂ 17 ਬਾਈ ਗਰੰਟੀ ਦਿੰਦਾ 17 ਕਿਲੋ ਦੁੱਧ ਦੀ ਅੱਜ ਵੀ ਗਰੰਟੀ ਆ ਕਹਿੰਦਾ ਹਫ਼ਤਾ ਹੋ ਗਿਆ ਦੋਸਤੋ ਸੂਈ ਨੂੰ ਦੂਜੇ ਸੂਏ ਕਹਿੰਦਾ 24 ਕਿਲੋ ਦਾ ਇਹਦਾ ਰਿਕਾਰਡ ਹੈ ਤੇ ਬਾਕੀ ਟੋਕਨ ਨੰਬਰ ਇਹਦਾ ਮੈਂ ਬੋਲ ਹੀ ਦਿੱਤਾ ਵੀਡੀਓ 'ਚ ਸਰਚ ਕਰਕੇ ਦੇਖਣਾ ਜਿਹੜੇ ਵੀਰ ਨੇ ਦੇਖ ਸਕਦਾ ਤੇ ਬਾਕੀ ਗਰੰਟੀ ਲੈਂਦਾ ਦੋਸਤੋ ਬਾਈ ਕਹਿੰਦਾ ਫ੍ਰੀ ਦੇਊਂਗਾ ਮੱਝ 10,000 ਸਾਈ ਕਰ ਲਏ ਕੋਈ ਅੱਜ ਜੇ ਕਰਨੀ ਆ ਵੀ 24 ਕਿਲੋ ਦੁੱਧ ਆਪਾਂ ਇਹਦਾ ਚਵਾ ਦਾਂਗੇ ਤਿਆਰ ਕਰਾ ਕੇ ਤੇ ਬਾਕੀ ਹਵਾਨਾ ਹਵੂਨਾ ਵੀ ਦੇਖ ਸਕਦੇ ਹੋ ਦੋਸਤੋ ਥਣਾਂ ਦਾ ਗੈਪ ਵਗੈਰਾ ਦੇਖ ਸਕਦੇ ਹੋ ਆਪਸ ਦੇ ਵਿੱਚ ਕੂੜਾ ਹੈ ਤੇ ਬਾਕੀ ਦੋਸਤੋ ਮੌਕੇ ਦੀ ਗੱਲ ਆ ਝੋਟੀ ਦੁੱਧ ਕਿੰਨਾ ਤਿਆਰ ਕਰਦੀ ਆ ਹੁਣ 17 ਰੈਡੀ ਹੈ ਠੀਕ ਆ ਜੀ ਬੱਚਾ ਕੀ ਆ ਜੀ ਨਾਲ ਦੇ ਕੱਟੀ ਆ ਜੀ ਕੱਟੀ ਆ ਕੱਟੀ ਵੀ ਦੇਖ ਸਕਦੇ ਤੁਸੀਂ ਕਰੀ ਖੜੀ ਦੋਸਤੋ ਨਾਲ ਪਲੱਸ ਪੁਆਇੰਟ ਆ ਜਿਹੜਾ ਕੱਟੀ ਆ ਝੋਟੀ ਦੇ ਕਹਿੰਦਾ ਟੀਕੇ ਦੀ ਚੰਗੇ ਟੀਕੇ ਦੀ ਕੱਟੀ ਆ ਕਿਸੇ ਦੀ ਤੇ ਆ ਜੋ ਅੱਗੇ ਲੈ ਕੇ ਚੱਲਦੇ ਤੁਹਾਨੂੰ ਹੋਰ ਦਿਖਾਉਣੇ ਝੋਟੀਆਂ ਦੋਸਤੋ ਆ ਝੋਟੀ ਦੇਖ ਸਕਦੇ ਹੋ ਤੇ ਹਵਾਨਾ ਦੇਖ ਸਕਦੇ ਹੋ ਥਣ ਥਣ ਦੇਖ ਸਕਦੇ ਹੋ ਇੱਧਰ ਤੋਂ ਤੇ ਅਗਲੀ ਗੱਲਬਾਤ ਕਰਾਵਾਂਗੇ ਬਾਈ ਨਾਲ ਓਏ ਤੂੰ ਲੈ ਮੱਝ ਲੱਗਿਆ ਦੋਸਤੋ ਦਿਖਾਉਣ ਤੁਹਾਨੂੰ ਪੂਰੀ ਕਮਾਲ ਦੀ ਹਵਾਨਾ ਹਵੂਨਾ ਦੇਖ ਲਓ ਪੂਰੇ ਡਬਲ ਹਵਾਨੇ ਦੀ ਆ ਥਣ ਥਨੋਟ ਦੇਖ ਸਕਦੇ ਹੋ ਪੂਰੀ ਦੂਰੀ 'ਤੇ ਲੱਗੇ ਨੇ ਦੋਸਤੋ ਆਪਸ 'ਚ ਬਾਕੀ ਜਦੋਂ ਮੁੜੂਗੀ ਮੱਝ ਉਦੋਂ ਜੱਜਮੈਂਟ ਕਰ ਲਿਓ ਮੋੜ ਲਓ ਜੀ ਬਾਈ ਜੀ ਘੁਮਾ ਲਓ ਹਵਾਨਾ ਦੇਖੋ ਦੋਸਤੋ ਭਲਵਾਨਾ ਵਾਂਗੂ ਤੁਰਦੀ ਆ ਜਾਵਾਂ ਫਸਾ ਫਸਾ ਕੇ ਪੂਰੇ ਡਬਲ ਹਵਾਨੇ ਦੀ ਆ ਅਤੇ ਇੱਧਰ ਤੋਂ ਅੱਗੇ ਤੋਂ ਵੀ ਦੇਖ ਲਿਓ ਇੱਧਰ ਅੱਗੇ ਤੋਂ ਵੀ ਦੇਖ ਸਕਦੇ ਹੋ ਹਵਾਨਾ ਦੋਸਤੋ ਪੂਰਾ ਅੱਗੇ ਅਗਲੇ ਥਣ ਤੋਂ ਅਤੇ ਥਣਾਂ ਦਾ ਆਪਸ 'ਚ ਗੈਪ ਦੇਖ ਸਕਦੇ ਹੋ ਪੂਰੇ ਡਬਲ ਹਵਾਨੇ ਦੀ ਆ ਅਗਲੀ ਡਿਟੇਲ ਆਪਾਂ ਪੁੱਛਾਂਗੇ ਬਾਈ ਨੂੰ ਚੱਲ ਕੇ ਕੀ ਗੱਲਬਾਤ ਹੈ ਜੀ ਬਾਈ ਨਾਮ ਦੱਸੋ ਜੀ ਉਸੇ ਲਵੇ ਜਾਵਾਂ ਹਾਂ ਬਾਈ ਲਵੇ ਲੈ ਕੇ ਚੱਲਦੇ ਹਾਂ ਤੁਹਾਨੂੰ ਬਾਈ ਜੀ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਕਿੱਥੇ ਤੋਂ ਆਏ ਜੀ ਅਸੀਂ ਦੜਬੇ ਲਵੋਂਜੇ ਨਾਲ ਪਿੰਡ ਵਪਾਰ ਦਾ ਹੀ ਕੰਮ ਆ ਬਾਈ ਹਾਂ ਜੀ ਹਾਂ ਇਹ ਝੋਟੀ ਦੀ ਕੀ ਡਿਟੇਲ ਆ ਬਾਈ ਜੀ ਤੋਰੀ ਆਪਾਂ ਇਹ ਥੱਲੇ ਵੀਰੇ 22 ਕਿਲੋ ਦੁੱਧ ਹੈ ਤਿਆਰ ਹਾਂ ਇਸ ਟਾਈਮ ਰੈਡੀ ਆ ਜਮਾ ਆਇਰ ਕੰਡੇ ਦਾ ਕਿੰਨੇਵੇਂ ਸੂਏ ਸੂਈ ਆ ਇਹ ਤੀਸਰਾ ਸੂਆ ਕਿੰਨੇ ਕੁ ਦਿਨ ਹੋ ਗਏ ਇਹਨੂੰ ਸੂਈ ਨੂੰ ਹੋ ਗਏ 10-11 ਦਿਨ ਬਾਈ ਪੱਕਾ ਤਿਆਰ ਆ ਹੈ ਫੀ ਚਵਾ ਦੇਗਾ ਐਨ ਵੀਰੇ 20 ਤੋਂ ਪਲੱਸ ਹੈ ਹੈ ਹਾਂ ਰੇਟ ਰੇਟ ਮੰਗਦੇ ਦਾ 2 ਲੱਖ ਕਿੰਨੇ ਦੀ ਛੱਡ ਦੋਗੇ ਲਾਸਟ ਜਮਾ ਹੀ 81 70 ਦੀ ਨਹੀਂ ਹੁੰਦੀ ਚਲੋ ਮੌਕੇ ਤੇ ਹੋ ਗਈ ਸਕਦਾ ਕੰਮ ਨੰਬਰ ਬੋਲ ਦੋ 85-42-260 ਇੱਕ ਵਾਰੀ ਫਿਰ ਬੋਲ 85-42-43-260 ਸੂਆ ਕਿੰਨਾ ਦੱਸਿਆ ਤੀਸਰਾ ਸੂਆ
ਦੋਸਤੋ ਤੀਜੇ ਸੂਏ ਝੋਟੀ ਆ ਇੱਧਰ ਤੋਂ ਮੂੰਹ ਮੱਥਾ ਦਿਖਾ ਦੇਣਾ ਇੱਕ ਵਾਰੀ ਤੇ ਬਾਕੀ ਹਵਾਨੇ ਵਾਲੇ ਤਾਂ ਬਟੇ ਕੱਢੇ ਪਏ ਨੇ ਦੋਸਤੋ ਇੱਕ ਵਾਰੀ ਫਿਰ ਦਿਖਾਉਣਾ ਤੁਹਾਨੂੰ ਮੈਂ ਹਵਾਨਾ ਪੂਰਾ ਡਬਲ ਆ ਦੋਸਤੋ ਬਾਕੀ ਝੋਟੀ ਦਾ ਦੋਸਤੋ ਹਵਾਨਾ ਹੀ ਦੱਸਦਾ ਵੀ ਦੁੱਧ ਦੇ ਥੱਲੇ ਹੈਗਾ ਤਿਆਰੀ ਦਾ ਐਂ ਮੰਨ ਲਓ ਇੱਕ ਫੁੱਟ ਤੋਂ ਵੱਧ ਚੌੜਾ ਹਵਾਨਾ ਹੋਊਗਾ ਦੋਸਤੋ ਇੱਧਰੋਂ ਥਣ ਥਣੋਟ ਦੇਖ ਸਕਦੇ ਹੋ ਪੂਰੀ ਦੂਰੀ 'ਤੇ ਲੱਗੇ ਨੇ ਅਤੇ ਬਾਕੀ ਦੋਸਤੋ ਬਾਕੀ ਝੋਟੀ 20 ਪਲੱਸ ਕੱਢ ਸਕਦੀ ਆ ਅਤੇ ਬਾਕੀ ਨੇੜੇ ਆ ਕੇ ਦੋਸਤੋ ਤਸੱਲੀ ਕਰਕੇ ਡੰਗਰ ਲੈਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਆ ਆ ਜੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਝੋਟੀਆਂ ਦਿਖਾਉਣੇ ਇੱਕ ਆਹ ਝੋਟੀ ਖੜੀ ਆ ਦੋਸਤੋ ਇਹ ਵੀ ਦਿਖਾਉਣੇ ਆਪਾਂ ਇਹਦਾ ਵੀ ਥਣ ਹਵਾਨਾ ਦੇਖ ਸਕਦੇ ਹੋ ਦੋਸਤੋ ਪੂਰੇ ਮੋਟੇ ਦੁੱਧ ਵਾਲੇ ਥਣ ਲੱਗੇ ਨੇ ਚਾਰੋਂ ਨਿਖੜ ਨੇ ਬਈ ਤੋਰੀ ਇਹਨੂੰ ਕਿੱਦਾਂ ਪੈਸੇ ਘੱਟ ਮੰਗਿਆ ਕਰੋ ਕਹਿੰਦਾ ਬਾਹਰੇ ਮੰਗਦੇ ਨੇ ਝੋਟੀ ਚੰਗੀ ਆ ਲੈ ਲਾ ਵਧੀਆ ਜਮਾਂ ਫਿੱਟਾ ਚੜ੍ਹਦੀ ਕਲਾ ਦੋਸਤੋ ਕੱਦ ਕਾਰਡ ਦੇਖ ਸਕਦੇ ਹੋ ਝੋਟੀ ਦਾ ਤੇ ਹਵਾਨੇ ਹਵੂਨੇ ਵਾਲੇ ਥਣਾ ਥੁਣਾ ਵਾਲੇ ਐਮ ਝੋਟੀ ਪੂਰੀ ਪੰਜੇ ਕੱਕਿਆਂ 'ਚ ਕਸਿਆਰ ਆ ਕੋਈ ਕਮੀ ਨਹੀਂ ਹੈਗੀ ਵਾਹ ਕਮਾ ਲਓ ਜੀ ਐਨ ਤੁਰਦੀ ਆ ਭਲਵਾਨਾ ਵਾਂਗੂ ਹੌਲੀ ਹੌਲੀ ਪੂਰਾ ਜੋਸ਼ ਵਾਲਾ ਹਵਾਨਾ ਬਾਕੀ ਨੇੜ ਚੱਲ ਕੇ ਦਿਖਾਵਾਂਗੇ ਥਣ ਥਣੋਟਾ ਅਤੇ ਸਿੰਘ ਸੁੰਘ ਦੇਖ ਸਕਦੇ ਹੋ ਬਿਲਕੁਲ ਕੁੰਡੇ ਨੇ ਪੂਰੀ ਟੋਪ ਕਲਾਸ ਝੋਟੀ ਆ ਜਿਹਨੂੰ ਆਪਾਂ 5-star ਝੋਟੀ ਕਹਿ ਦਿੰਦੇ ਹਾਂ ਦੋਸਤੋ ਉਹ ਆ ਕੋਈ ਕਮੀ ਨਹੀਂ ਹੈਗੀ ਬੰਨ ਲਓ ਜੀ ਅਤੇ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਇੱਧਰ ਤੋਂ ਸਿੰਗਾਂ ਸੁੰਗਾਂ ਦੀ ਜਮਾਂ ਐਨ ਪੂਰੇ ਕੁੰਡੇ ਨੇ ਸਿੰਘ ਸੁੰਗਾਂ ਇਹ ਬੱਸ ਕਰ ਗਰਮ ਸਰਦ ਕਰ ਦੇਗਾ ਬਾਈ ਲਵੇ ਲੈ ਕੇ ਚੱਲਦੇ ਇਹਦੀ ਡਿਟੇਲ ਪੁੱਛਦੇ ਆ ਕੀ ਗੱਲਬਾਤ ਆ ਹਾਂਜੀ ਬਾਈ ਇਹਦੀ ਕੀ ਡਿਟੇਲ ਆ ਝੋਟੀ ਦੀ ਕਿੰਨੇ ਮੈਂ ਸੂਆ ਸੂਆ ਬਾਈ ਫਿਰ ਦੂਜਾ ਸੂਆ ਦੂਜਾ ਸੂਆ ਕਿੰਨੇ ਕਿ ਦਿਨੋਗੇ ਇਹਨੂੰ ਸੂਈ ਨੂੰ ਵੀ ਨਾ ਦੱਸ ਦੇਣੇ ਝੋਟੀਆਂ ਸਾਰੀ ਟੌਪ ਦੀਆਂ ਚੱਕੀ ਫਿਰਦਾ ਸਾਰਾ ਹਰਿਆਣੇ ਦਾ ਮਾਲ ਹੈ ਹੈਂ ਸਾਰਾ ਹਰਿਆਣੇ ਦਾ ਜੀਨ ਸਾਈਡ ਦਾ ਜੀਨ ਸਾਈਡ ਦਾ ਮਾਲ ਆ ਸਾਰਾ ਇਹਦਾ ਰੇਟ ਰੂਟ ਫਿਰ ਇਹਦਾ 2.5 ਰੇਟ ਹੀ ਬੜਾ ਮੰਗੀ ਜਾਂਦਾ ਹੈ ਰੇਟ ਹੀ ਬੜਾ ਮੰਗੀ ਆ ਨਾ 160 ਲਾਉਂਦੇ ਨੇ ਬਾਈ ਲੱਗੀ ਜਾਂਦਾ 160 ਕਿੰਨੇ ਕਿ ਦੀ ਛੱਡ ਦੇਗਾ ਇਹਨੂੰ ਵੀ ਵੀਰੇ ਉਰੀ ਛੱਡਾਂਗੇ 80-85 80-80 ਦੀ ਹੋ ਜੂਗੀ 80-80 ਦੀ ਰਾਤਣ ਤੱਕ ਫਿਰ 1 ਮਿੰਟ ਲੱਗੀ ਜਾਂਦਾ ਦੁੱਧ ਤਿਆਰੀ ਦਾ ਕਿੰਨਾ ਕਾ ਦੁੱਧ ਤਿਆਰੀ ਦਾ 18 ਕਿਲੋ ਹਾਂ ਵੱਧ ਤਾਂ ਨਹੀਂ ਦੱਸੀ ਜਾਂਦਾ ਨਾ ਨਾ ਅਗਲਾ ਘਰੇ ਚੁੱਕ ਲਿਆ ਵੀ ਯਾਰ ਇਹ ਘਰੇ ਜਾ ਕੇ ਚੁੱਕੇ ਐਡਰੈਸ ਦੱਸ ਤਰਾ ਐਡਰੈਸ ਤਾਂ ਮੇਰਾ ਜਨਾਲ ਪਿੰਡ ਆ ਡਿੜਬੇ ਲਵੇ ਸੰਗਰੂਰ ਜ਼ਿਲ੍ਹਾ ਅੱਛਾ ਜੀ ਹਾਂਜੀ ਡਿੜਬੇ ਤੋਂ ਕਿੰਨੀ ਕੁ ਦੂਰ ਪੈ ਜਾਂਦਾ ਕਿਹੜੇ ਰੋਡ ਤੇ 4 ਕਿਲੋਮੀਟਰ 4 ਮੀਲ ਡਿੜਬੇ ਆ ਕੇ ਤੇਰਾ ਨੰਬਰ ਬੋਲਦੇ ਫਿਰ 85-42-260 ਛੱਡਦੇ ਆ 70-70 ਦੀ ਕੋਈ ਆ ਗਿਆ ਬੰਦਾ ਨਾ 80-85 80-85 ਹਾਂ ਇਹਦੀ ਫਰਾਰੀ ਨੂੰ ਰੇਡੀ ਹੋਈ ਅੱਛਾ ਠੀਕ ਆ ਜੀ ਦੋਸਤੋ ਬਾਈ ਕੋਲ ਝੋਟੀਆਂ ਪੂਰੀਆਂ ਟੌਪ ਕਲਾਸ ਨੇ ਵਾਕਈ ਬਾ ਕਮਾਲ ਝੋਟੀਆਂ ਨੇ ਦੋਨੇ ਪੂਰੀਆਂ ਸ਼ਕੀਨ ਨੇ ਇੱਕ ਵਾਰੀ ਇਹ ਝੋਟੀ ਦਾ ਮੈਂ ਥਾਣਾ ਹਵਾਨਾ ਤੁਹਾਨੂੰ ਫੇਰ ਦਿਖਾ ਦੇਣਾ ਕੰਡੇ ਕੱਢ ਝੋਟੀ